ਸਤਿ ਸ਼੍ਰੀ ਅਕਾਲ ਜੀ ਸਰ ਨੂੰ ਓਕੇ ਸਤਿ ਸ਼੍ਰੀ ਅਕਾਲ ਜੀ ਸਰ ਨੂੰ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਬਹੁਤ ਘੈਂਟ ਹੋਵੋਗੇ ਅਤੇ ਅੱਜ ਸਵੇਰ ਤੇ ਵੱਜ ਚੁੱਕਿਆ ਆ ਸਾਢੇ ਛੇ ਤੇ ਆਪਾਂ ਫਿਰ ਅੱਜ ਬਹੁਤ ਜਲਦੀ ਉੱਠ ਗਏ ਹਾਂ ਵਧੀਆ ਲੱਗਦਾ ਨਾ ਇੰਨੀ ਛੇਤੀ ਉੱਠਣਾ ਬਟ ਜੇ ਅਸੀਂ ਕਿਤੇ ਬੜਾ ਵੱਡਾ ਟੱਬਰ ਹੋਵੇ ਨਾ ਨਿਆਣੇ ਭੱਜੇ ਫਿਰਨ ਚਾਚੀ ਚਾਚੀ ਤਾਈ ਤਾਈ ਕਰਦੇ 3 ਵਜੇ ਨਹੀਂ ਉੱਠਦਾ ਹੁੰਦਾ ਕੋਈ ਵੀ ਨਿਆਣੇ ਉੱਠ ਜਾਂਦੇ ਜੇ ਵੱਡੇ ਟੱਬਰਾਂ 'ਚ ਤੇ ਬ੍ਰੇਕਫਾਸਟ ਹੋ ਰਿਹਾ ਅੱਜ ਅੰਡਰ ਬ੍ਰੈਡ ਉੱਤੇ ਰੋਟੀ ਕਿੱਥੇ ਆ ਇੱਕ ਆ ਰਹੀ ਹੈ ਬੇਸਣ ਵਾਲੀ ਰੋਟੀ ਚਾਹ ਸੀ ਆਟਾ ਫਿਰ ਮੈਂ ਕਿਹਾ ਇਹੀ ਖਾਣੇ ਨਾਲ ਵੈਸੇ ਵੀ ਮੇਰਾ ਹਜੇ ਦਿਲ ਨਹੀਂ ਨਾ ਭਰਿਆ ਇੱਕ ਗੁੱਡ ਨਿਊਜ਼ ਤੇ ਇੱਕ ਬੈਡ ਨਿਊਜ਼ ਜਿਹੜੀ ਆਹ ਵੀਡੀਓ ਆ ਅੱਜ ਆ ਜੂਗੀ ਤੇ ਮਨਚਨ ਟੀਵੀ ਤੇ ਦੇਖ ਲਿਓ ਦੂਸਰੀ ਗੱਲ ਇਹਨੂੰ ਲਿੰਕ ਸ਼ੇਅਰ ਕਰਨਾ ਇਹਦਾ ਪਤਾ ਨਹੀਂ ਮਨਚਨ ਵਲੌਗਸ ਤੇ ਹੁਣ ਸਹੀ ਹੈ ਕਿ ਨਹੀਂ ਹੈ ਕਿਉਂਕਿ ਆਪਣੇ ਨਾਲ ਰੀਸੈਂਟਲੀ ਇੱਕ ਬੜੀ ਤਗੜੀ ਪ੍ਰੋਬਲਮ ਹੋ ਗਈ ਲਿੰਕ ਸ਼ੇਅਰ ਕਰਕੇ ਉਹ ਮੂਨ ਸਟਾਈਲ ਚੈਨਲ ਦੇ ਰਿਗਾਰਡਿੰਗ ਆ ਉਹ ਤੁਹਾਨੂੰ ਥੋੜੇ ਟਾਈਮ ਤੱਕ ਦੱਸਾਂਗੇ ਕਿ ਉੱਤੇ ਹੁਣ ਤਾਂ ਹੀ ਇੱਕ ਕਾਰਨ ਆ ਉਹਦੇ ਕਰਕੇ ਇਸ ਕਰਕੇ ਉੱਥੇ ਵੀਡੀਓ ਨਹੀਂ ਆ ਰਹੀ ਤੁਹਾਨੂੰ ਜਲਦੀ ਦੱਸਾਂਗੇ ਬਟ ਉਹ ਲਿੰਕ ਸ਼ੇਅਰਿੰਗ ਕਰਕੇ ਮਨਚਨ ਟੀਵੀ ਤੇ ਜਾ ਕੇ ਆ ਵੀਡੀਓ ਦੇਖ ਲਿਓ ਆ ਗਈ ਹੋਗੀ ਮੋਸਟ ਪ੍ਰੋਬੇਬਲੀ ਵੀਡੀਓ ਐਡਿਟ ਕਰਦੇ ਕਰਦੇ ਵੱਜ ਗਿਆ 12 ਤੇ ਹੁਣ ਆਪਾਂ ਚੱਲੇ ਹਾਂ ਹਸਪੀਟਲ ਅੰਦਰ ਰੈਗੂਲਰ ਚੈੱਕਅਪ ਆ ਵੀਡੀਓ ਅਜੇ ਵੀ ਐਡਿਟ ਕਰਨ ਵਾਲੀ ਪਈ ਹੈ ਇਦਾਂ ਦੀਆਂ ਵੀਡੀਓ ਤੇ ਨਾ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਐਡਿਟ ਕਰਦੇ ਕਰਦੇ ਸੋ ਦੇਖਿਆ ਕਰੋ ਇੰਜੋਏ ਕਰਿਆ ਕਰੋ ਵਧੀਆ ਓਏ ਤੂੰ ਕਿੱਥੇ ਤੁਰਦਾ ਜਾਣਾ ਮੰਮਾ ਕਿੱਥੇ ਆ ਚਲੋ ਜੀ ਯਾਰ ਗੱਡੀ ਤੇ ਨਾ ਸਕ੍ਰੈਚ ਬੜੇ ਜ਼ਿਆਦਾ ਪਏ ਜਾਂਦੇ ਇੱਕ ਆ ਪਿਆ ਆ ਵਾ ਛੋਟੇ ਛੋਟੇ ਸਕ੍ਰੈਚ ਇੱਧਰ ਪਏ ਆ ਤੇ ਇੱਕ ਡੈਂਟ ਉੱਥੇ ਪਿਆ ਇਹ ਵਾਪਸੀ ਟਾਈਮ ਤੇ ਮੈਂ ਗੋ ਮਕੈਨਿਕ ਵਾਲੇ ਦੇ ਵਰਕਸ਼ਾਪ ਤੋਂ ਠੀਕ ਕਰਾ ਕੇ ਲਿਆਉਂਗਾ ਗੋ ਮਕੈਨਿਕ ਦੇ 1000 ਤੋਂ ਵੀ ਜ਼ਿਆਦਾ ਵਰਕਸ਼ਾਪਸ ਨੇ ਜਿਹਦੇ ਵਿੱਚ ਹਾਈਲੀ ਸਕਿਲਡ ਮਕੈਨਿਕਸ ਵਰਕ ਕਰਦੇ ਆ ਜਿਹਦੇ ਵਿੱਚ ਉਹ ਵੈਰਾਈਟੀ ਆਫ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਜਿਵੇਂ ਕਿ ਪੀਰੀਓਡਿਕ ਸਰਵਿਸ ਹੋ ਗਈ ਡੈਂਟਿੰਗ ਪੇਂਟਿੰਗ ਹੋ ਗਈ ਮਕੈਨਿਕਲ ਰਿਪੇਅਰ ਕਾਰ ਏਸੀ ਸਰਵਿਸਿਜ਼ ਕਾਰ ਇੰਸ਼ੋਰੈਂਸ ਰਿਪੇਅਰ ਵੀ ਤੇ ਨਾਲ ਹੀ ਇਹਨਾਂ ਨੇ ਕੋਵਿਡ ਵਾਸਤੇ ਇੰਟਰੋਡਿਊਸ ਕੀਤਾ ਹੈ ਗੋ ਮਕੈਨਿਕ ਕੋਵਿਡ-19 ਰਿਵਾਈਵਲ ਪੈਕੇਜ ਜਿਹਦੇ ਵਿੱਚ ਇਨਕਲੂਡ ਆ ਇੰਜਨ ਆਇਲ ਟੌਪ ਅਪ ਕੂਲੈਂਟ ਟੌਪ ਅਪ ਵੀਲ ਅਲਾਈਨਮੈਂਟ ਨਾਲ ਹੀ ਹੋਰ ਵੀ ਬਹੁਤ ਜ਼ਿਆਦਾ ਚੀਜ਼ਾਂ ਇਹਦੇ ਵਿੱਚ ਇਨਕਲੂਡਡ ਨੇ ਇਹਨਾਂ ਦੀ ਜਿਹੜੀ ਬੈਸਟ ਸਰਵਿਸ ਮੈਨੂੰ ਲੱਗਦੀ ਹੈ ਨਾ ਉਹ ਹੈਗੀ ਆ ਫ੍ਰੀ ਡੋਰ ਸਟੈਪ ਪਿਕਅਪ ਐਂਡ ਡ੍ਰੌਪ ਸਰਵਿਸ ਇਸ ਵਰਕਸ਼ਾਪ ਵਿੱਚ ਜਿੰਨੇ ਵੀ ਸਾਨੂੰ ਜਿਹੜੇ ਸਪੇਅਰ ਪਾਰਟਸ ਮਿਲਦੇ ਨੇ ਉਹ 100% ਜੈਨੂਇਨ OEM ਤੇ OES ਸਪੇਅਰ ਪਾਰਟਸ ਮਿਲਦੇ ਆ ਤੇ ਨਾਲ ਹੀ ਇਹ ਪ੍ਰੋਵਾਈਡ ਕਰਦੇ ਆ 1 ਮੰਥ ਜਾਂ 1000 ਕਿਲੋਮੀਟਰ ਦੀ ਅਨਕੰਡੀਸ਼ਨਲ ਵਾਰੰਟੀ ਨਾਲ ਹੀ ਇਹ ਪ੍ਰੋਵਾਈਡ ਕਰਦੇ ਹਰ ਇੱਕ ਸਰਵਿਸ ਤੇ ਫ੍ਰੀ ਕਾਰ ਸੈਨੇਟਾਈਜੇਸ਼ਨ ਸਰਵਿਸ ਬੜੇ ਹੀ 3-step ਈਜ਼ੀ ਪ੍ਰੋਸੀਜਰ ਵਿੱਚ ਤੁਸੀਂ ਆਪਣੀ ਜਿਹੜੀ ਬੁਕਿੰਗ ਆ ਉਹ ਡਨ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਕਾਰ ਚੂਜ਼ ਕਰਨੀ ਆ ਉਸ ਤੋਂ ਬਾਅਦ ਤੁਸੀਂ ਸਰਵਿਸ ਚੂਜ਼ ਕਰਨੀ ਹੈ ਜੋ ਤੁਸੀਂ ਚਾਹੁੰਦੇ ਹੋ ਆਪਣੀ ਕਾਰ ਵਾਸਤੇ ਲਾਸਟ ਵਿੱਚ ਆਪਣੇ ਹਿਸਾਬ ਨਾਲ ਟਾਈਮ ਸਲੋਟ ਸਿਲੈਕਟ ਕਰਕੇ ਤੁਸੀਂ ਸਰਵਿਸ ਕਰਾ ਸਕਦੇ ਹੋ ਅਗਰ ਤੁਸੀਂ ਇੱਥੋਂ ਸਰਵਿਸ ਕਰਾਉਂਦੇ ਹੋ ਤਾਂ ਸਭ ਤੋਂ ਵਧੀਆ ਚੀਜ਼ ਹੈ ਕਿ ਤੁਸੀਂ 40% ਤੱਕ ਸੇਵ ਕਰ ਸਕਦੇ ਹੋ ਵੀ ਪ੍ਰੋਡਕਟ ਇਹ ਬਾਏ ਕਰਦੇ ਨੇ ਇਹਦੇ ਵਿੱਚ ਕੋਈ ਵੀ ਮਿਡਲ ਮੈਨ ਨਹੀਂ ਇਨਵੋਲਵ ਹੁੰਦਾ ਇਸ ਕਰਕੇ ਜਿਹੜੇ ਇਹਨਾਂ ਨੂੰ ਪ੍ਰੋਡਕਟ ਮਿਲਦੇ ਨੇ ਉਹ ਚੀਪ ਮਿਲਦੇ ਨੇ ਤੇ ਜਿਹੜਾ ਡਾਇਰੈਕਟ ਫਾਇਦਾ ਮਿਲਦਾ ਵਾ ਕਸਟਮਰ ਨੂੰ ਡਿਸਕ੍ਰਿਪਸ਼ਨ 'ਚ ਲਿੰਕ ਦਿੱਤੇ ਆ ਤੁਸੀਂ ਜਾ ਕੇ ਆਪਣੀ ਕਾਰ ਦੀ ਸਰਵਿਸਿੰਗ ਬੁੱਕ ਕਰਵਾਓ ਐਂਡ ਡੋਨਟ ਪੈਨਿਕ ਜਸਟ ਗੋ ਮਕੈਨਿਕ ਆ ਰੂਮ ਵੱਲ ਵੀ ਧਿਆਨ ਦੇਣਾ ਵਾ ਦੁਬਾਰਾ ਤੋਂ ਕਿਉਂਕਿ ਆ ਚੀਜ਼ ਪਰ ਚੇਂਜ ਕਰਨੀ ਹੀ ਚੇਂਜ ਨਹੀਂ ਕੀਤੀ ਗੱਲਾਂ ਦੇਖੋ ਕਿੰਨੀਆਂ ਲਾਲ ਲਾਲ ਆ ਨਾ ਇਹਦਾ ਬੀਪੀ ਲੋ ਹੋ ਗਿਆ ਬੀਪੀ ਲੋ ਹੋ ਕੇ ਗੱਲਾਂ ਲਾਲ ਹੋ ਗਈਆਂ ਸੋ ਹੁਣ ਆਪਾਂ ਚੱਲੇ ਹਸਪੀਟਲ ਮੰਥਲੀ ਚੈੱਕਅਪ ਜਿਹੜਾ ਹੁੰਦਾ ਆ ਉਹ ਕਰਵਾਉਣ ਵਾਸਤੇ ਤੋਂ ਬਾਅਦ ਆਪਾਂ ਬਾਜ਼ਾਰ ਵੀ ਜਾਣਾ ਬਿਕਾਜ਼ ਸਾਨੂੰ ਬਹੁਤ ਹੀ ਜ਼ਿਆਦਾ ਸਪੈਸ਼ਲ ਇਨਵਾਈਟ ਕੀਤਾ ਗਿਆ ਵਾ ਤੇ ਮੈਨੂੰ ਡਾਕਟਰ ਨੇ ਸਫ਼ਰ ਮਨਾ ਕੀਤਾ ਹੈ ਪਰ ਸ਼ੁਕਰ ਹੈ ਰੱਬ ਦਾ ਕਿ ਇੱਕਦਮ ਲੋਕਲ ਹੀ ਹੈ ਸਾਡੇ ਇੱਥੇ ਵਿਆਹ ਦਾ ਕਰਕੇ ਮੇ ਬੀ ਕਾਫੀ ਜ਼ਿਆਦੀਆਂ ਗੱਡੀਆਂ ਲੱਗੀਆਂ ਤੇ ਸਾਡੇ ਇਹ ਇੱਕ ਕਿੱਸਾ ਦੱਸਾਂ ਅਸੀਂ ਗੁਰਦੁਆਰੇ 'ਚ ਨਾ ਦੀਦੀ ਦਾ ਵੀ ਵਿਆਹ ਸੀ ਤੇ ਪਤਾ ਕੀ ਹੈ ਸਾਡਾ ਵੀ ਇੱਥੇ ਹੀ ਹੋਇਆ ਸੀ ਸਾਡਾ ਇੱਥੇ ਥੋੜੀ ਹੋਇਆ ਸੀ ਮਤਲਬ ਅਸੀਂ ਵੀ ਵਿਆਹ ਤੋਂ ਬਾਅਦ ਇੱਥੇ ਆਏ ਹਾਂ ਉੱਥੇ ਪਤਾ ਕੀ ਹੈ ਦੀਦੀ ਦੇ ਵਿਆਹ ਤੋਂ ਪਹਿਲਾਂ ਨਾ ਕਿਸੇ ਹੋਰ ਦਾ ਵੀ ਵਿਆਹ ਸੀ ਯੋਗੇਸ਼ ਹੁਣੀ ਉਹਨਾਂ ਦੇ ਵਿਆਹ ਤੇ ਬੈਠੇ ਮੈਂ ਲੱਭਦਾ ਫਿਰਾਂ ਕਿ ਯੋਗੇਸ਼ ਕਿਉਂ ਨਹੀਂ ਕਿੱਥੇ ਚੱਲ ਗਏ ਉਹ ਅੰਦਰੋਂ ਨਿਕਲੇ ਕਹਿੰਦਾ ਯਾਰ ਤੂੰ ਤੇ ਕਿਹਾ ਸੀ ਜੀਜੂ ਦੀ ਹਾਈਟ ਹੀ ਬੜੀ ਲੰਬੀ ਆ ਉੱਥੇ ਤੇ ਕੋਈ ਨਿਕਾ ਜਾ ਬੈਠਾ ਵਾ ਅੰਦਰ ਇਨਵਾਈਟ ਕਰਕੇ ਗਏ ਸੀ ਪਰ ਆਪਾਂ ਉਹਨਾਂ ਨੂੰ ਬੋਲਿਆ ਸੀਗਾ ਕਿ ਸਾਨੂੰ ਸਫ਼ਰ ਮਨਾ ਕੀਤਾ ਵਾ ਇਸ ਲਈ ਆਪਾਂ ਨਹੀਂ ਆ ਸਕਦੇ ਪਰ ਆਪਾਂ ਉਹਨਾਂ ਨੂੰ ਦਵਾਂਗੇ ਸਰਪ੍ਰਾਈਜ਼ ਇਹ ਨਾ ਲੈ ਕਾ ਤੂੰ ਵੱਡਾ ਕੀ ਕਿਹਣਾ ਸਰਪ੍ਰਾਈਜ਼ ਤੇ ਤੂੰ ਵਲੌਗ 'ਚ ਦੱਸਣ ਨਹੀਂ ਆ ਸਾਰੇ ਨੇ ਮਨਚਨ ਟੀਵੀ ਤੇ ਜਾ ਕੇ ਦੇਖਣੀ ਆ ਵੀਡੀਓ ਅੱਧਾ ਘੰਟਾ ਹੋ ਗਿਆ ਕੰਪਲੀਟ ਉਹ ਅਜੇ ਤੱਕ ਆਏ ਨੀ ਬਟ ਮੇਰੀ ਐਡੀਟਿੰਗ ਸੁੱਖ ਨਾਲ ਕੰਪਲੀਟ ਹੋ ਗਈ ਆ ਫਿਲਹਾਲ ਮੈਂ ਕਰਦਾ ਇਹਦੇ ਲਾਗੇ ਨਾ ਇੱਕ ਬੇਕਰੀ ਆ ਉਧਰ ਜਾ ਕੇ ਹਮ ਬ੍ਰੈਡ ਲੈ ਕੇ ਆਏਗਾ ਫਿਰ ਘਰ ਜਾ ਕੇ ਹਮ ਅੱਜ ਬ੍ਰੈਡ ਪਕੌੜੇ ਖਾਏਗਾ ਵਾਪਸ ਆ ਕੇ ਘਰੇ ਤੇ ਬਣ ਰਹੇ ਆ ਪਕੌੜੇ ਇਹਨੂੰ ਮੈਸ ਕਰੇ ਇਹ ਮੰਮਾ ਬੋਲੇ ਬਣੇ ਇਹ ਬੜੇ ਸੌਫਟ ਬਣਦੇ ਆ ਜਿਹੜੇ ਮੰਮਾ ਬਣਾਉਂਦੇ ਨੇ ਹਾਂ ਸੌਫਟ ਹੀ ਸਾਰੇ ਖਾਂਦੇ ਪਾਪਾ ਵੀ ਖਾਂਦੇ ਮੰਮਾ ਕਹਿੰਦੇ ਬ੍ਰੈਡ ਪਕੌੜੇ 'ਚ ਨਮਕ ਬੜਾ ਪਾਪਾ ਕਹਿੰਦੇ ਕਿੱਥੇ ਫਿੱਕੇ ਆ ਜਦੋਂ ਪਾਪਾ ਨੇ ਖਾ ਲਿਆ ਨਾ ਬਾਅਦ 'ਚ ਕਹਿੰਦੇ ਬੜਾ ਸੱਚੀ ਬੜਾ ਉਹ ਇਹਦੀਆਂ ਕੈਮਰੇ 'ਚ ਗੱਲਾਂ ਕਿੰਨੀਆਂ ਲਾਲ ਆਉਂਦੀਆਂ ਉੱਦਾਂ ਇੰਨੀਆਂ ਨਹੀਂ ਹੈਗੀਆਂ ਉਲਟ ਦੇਖਿਆ ਅੱਜ ਬੀਪੀ ਲੋ ਤੇ ਗੱਲਾਂ ਲਾਲ ਮੂੰਹੀਆਂ ਗੱਲਾਂ ਹਜੇ ਵੀ ਨਹੀਂ ਮਤਲਬ ਹੋ ਰਹੀਆਂ ਰਿਲੈਕਸ ਸੇਕ ਨਿਕਲੀ ਜਾਂਦਾ ਗੱਲਾਂ 'ਚੋਂ ਬੀਪੀ ਚੈੱਕ ਕੀਤਾ ਬੀਪੀ ਹੁਣ ਨਾਰਮਲ ਆ ਉੱਦਾਂ ਮੇਰਾ ਬੀਪੀ ਲੋ ਹੀ ਰਹਿੰਦਾ ਸ਼ੁਰੂ ਤੋਂ ਹੀ ਲੋ ਰਹਿੰਦਾ ਆ ਆਪਾਂ ਮੈਂ ਇਹਨਾਂ ਨੂੰ ਕਹਿੰਦੀ ਵੀ ਮੈਨੂੰ ਬਾਜ਼ਾਰ ਲੈ ਜਾਓ ਬਿਕਾਜ਼ ਸਾਨੂੰ 2 ਫੰਕਸ਼ਨ ਆ ਮੈਰਿਜ ਫੰਕਸ਼ਨ ਇੱਕ ਫੰਕਸ਼ਨ ਤੇ ਤਾਂ ਸਭ ਕੁਝ ਮੇਰੇ ਕੋਲ ਹੈਗਾ ਵਾ ਔਰ ਇੱਕ ਫੰਕਸ਼ਨ ਲਈ ਮੈਂ ਸੋਚ ਰਹੀ ਕੁਝ ਦੇਖਿਆ ਵਾ ਬਾਜ਼ਾਰ ਜਾ ਕੇ ਸੇਮ 2 ਦੁਕਾਨਾਂ ਆਪਣੀਆਂ ਜਵੈਲਰ ਦੇ ਜਾਣਾ ਵਾ ਮੈਂ ਨਾ
बट मेनू पता नहीं कितों शौक जहा चढ़िया एकदम कि मैं वैसे बहुत खाली कान नहीं रखती ज्यादातर मैनू है चल मैं थोड़ा छोटे छोटे ना बनवा लैनी हाँ पाने वास्ते चंगे लगते हैं खाली कन्न नहीं रखने चाहिए साढ़े ना पहला इधर ए सी के कोल हों एकदम उसे कुर्सी डटी होंगी उदो मतलब कुर्सी जिनी जगह होंगी आ धुप की फिर जो थोड़ी जी धुप वध जाती फिर यह मंजी डाल लेंदे फिर अद्धी मंजी से जगह जिनी धुप आने लग जाती है फिर जो पूरी मंजी से धुप आ जाती है इधरों घट जाती फिर हौली हौली मंजी साड़ी खिसकती 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 अगे तक चल जाती और फिर जो धुप उड जाती है फिर वो अंदर आ जाते हैं साढ़े धुप की बड़ी प्रॉब्लम आ धुप नहीं आती बिल्कुल भी बाजार तो मैं एक एक ज दो तीन ज चार ड्रेस देख सकते दो इयररिंग्स देखने आ मैं एक मैं छोटे छोटे टॉप्स देखने आ अपने इत्थे पाउण वास्ते ਤੇ ਇੱਕ ਮੈਂ ਨਾਰਮਲ ਦੇਖਣੇ ਜਿਹੜੇ ਡੇਲੀ ਘਰੇ ਪਾਉਣ ਵਾਸਤੇ ਨਾ ਇੱਧਰ ਚੱਲਦਾ ਪਈ ਇਹ ਪੂਰੀ ਅੱਜ ਰਾਤ ਦੀ ਡਿਨਰ ਦੀ ਤਿਆਰੀ ਇਹ ਸਾਗ ਆ ਕਦੋਂ ਦੇ ਲੈਂਦੇ ਆ ਕੀ ਕਿ ਟੋਪਸ ਲੈ ਲਾ ਲੈ ਲਾ ਹਾਂ ਰਾਣੀ ਹਾਰ ਬਣਾ ਲਾ ਅੱਛਾ ਅੱਛਾ ਮੈਂ ਆਪ ਹੀ ਨਹੀਂ ਬਣਾਉਂਦੀ ਆ ਕਿਤੇ ਸਾਂਭੀ ਰਹੂੰਗੀ ਆ ਇਹ ਸਿਆਣੀ ਨੋ ਹੈ ਸਾਡੇ ਆ ਜਿਹੜੇ ਕੱਪੜੇ ਕਿਹਦੀ ਆਸ 'ਚ ਸੁੱਕਦੇ ਆ ਨਾ ਇੱਥੇ ਧੁੱਪ ਆਉਂਦੀ ਵਿਚਾਰੇ ਦੇ ਨਾ ਇੱਕ ਆਸ ਦੇ ਸਿਰ ਤੇ ਹੀ ਬੰਦਾ ਜ਼ਿੰਦਗੀ ਕੱਟਦਾ ਇਹ ਤਾਂ ਫੇ ਕੱਪੜੇ ਵਾਹ ਕਿਆ ਵਾਹੀਆਤ ਸ਼ਾਇਰੀ ਕੀ ਹੈ ਸਾਡਾ ਬੂਟਾ ਜਿਹੜਾ ਸਾਡੇ ਉਹ ਕਮਰੇ ਚ ਪਿਆ ਸੀ ਪਹਿਲਾਂ ਹੁਣ ਵਿਚਾਰਾ ਬਾਹਰ ਆਨੰਦ ਇਹ ਆਸਾ ਮੈਂ ਕਿਸੇ ਦਿਨ ਅੰਦਰ ਜਾਊਂਗਾ ਇਹ ਓਪਨ ਚ ਆਨੰਦ ਮਾਰਦਾ ਮਾਣਦਾ ਹੁਣ ਚ ਸਾਗ ਕਿਹੜਾ ਵਾ ਸਾਗ ਹੀ ਹੈ ਨਹੀਂ ਸਾਗ ਹੈ ਤੇ ਪਾਲਕ ਆ ਪਾਲਕ ਉਹ ਪਾਲਕ ਹੈ ਨਾ ਟੋਟਲੀ ਨੂੰ ਸਾਗ ਹੀ ਬੋਲਦੇ ਸਾਰੇ ਐਵੇਂ ਉਹਨੂੰ ਪਾਲਕ ਬੋਲਦੇ ਆ ਨਹੀਂ ਕੋਈ ਇਦਾਂ ਕਹਿੰਦਾ ਮੈਂ ਸਾਗ ਪਾਲਕ ਧਨੀਆ ਮੇਥੀ ਬਣਾਈ ਮੈਂ ਕੀ ਪੁੱਛਿਆ ਇਹ ਇਹ ਆ ਕੁੜੀਆਂ ਚ ਪਤਾ ਨਹੀਂ ਕਾਲੀਪਨ ਇੰਨਾ ਹੁੰਦਾ ਨਾ ਅਗਲੇ ਦੀ ਗੱਲ ਨਹੀਂ ਸੁਣੀ ਚਲੋ ਚਲੀਏ ਅਮਾ ਓਹੋ ਆ ਫਰੂਟ ਆ ਨਹੀਂ ਜੀ ਇਹ ਤਾਂ ਸਬਜ਼ੀਆਂ ਆ ਚੀਕੂ ਕਿਉਂ ਪਾਇਆ ਹੋਊਗਾ ਮੈਂ ਬੜਾ ਸੋਚਦਾ ਕਦੀ ਕਦੀ ਨਾ ਬੜੇ ਕਈ ਚੀਜ਼ਾਂ ਦੇ ਨਾ ਬੜੇ ਅਜੀਬ ਜਿਹੇ ਨਾਮ ਹੁੰਦੇ ਆ ਚੀਕੂ ਕੋਈ ਛੋਟਾ ਜਿਹਾ ਨਿਆਣਾ ਹੋਊਗਾ ਨਾ ਉਹਦਾ ਨਾ ਉਹਨੂੰ ਚੀਕੂ ਕਹਿ ਦੇਣਗੇ ਸੰਤਰੇ ਆ ਕਿੰਨੂ ਇੱਕ ਤਾਂ ਲਾਈਫ 'ਚ ਨਾ ਸਭ ਤੋਂ ਵੱਡੀ ਕਨਫਿਊਜ਼ਨ ਮੈਨੂੰ ਇਹੀ ਰਹਿਣੀ ਆ ਸੰਤਰਾ ਕਿਹੜਾ ਹੁੰਦਾ ਤੇ ਕਿੰਨੂ ਕਿਹੜਾ ਹੁੰਦਾ ਫਰਕ ਦੱਸਾਂ ਨਹੀਂ ਸੰਤਰੇ ਦੇ ਜਿਹੜੇ ਨਾ ਫੋੜੇ ਫੋੜੇ ਜੇ ਵਰਗੀ ਸਕਿਨ ਹੁੰਦੀ ਤੇ ਜਿਹੜਾ ਕਿੰਨੂ ਹੁੰਦਾ ਇੱਕਦਮ ਸਮੂਥ ਹੁੰਦਾ ਓ ਅੱਛਾ ਇਹ ਫਰਕ ਹੁੰਦਾ ਇੱਥੇ ਹਨਾ ਅਮਾ ਜਿਹੜਾ ਗ੍ਰੀਨ ਕਲਰ ਦਾ ਉਹ ਕਿੰਨੂ ਹੁੰਦਾ ਮੇਰੇ ਹਿਸਾਬ ਨਾਲ ਅੱਛਾ ਉਹ ਮਸੰਮੀ ਮਸੰਮੀਆਂ ਵੀ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਔਰੇਂਜ ਕਲਰ ਦੀ ਵੀ ਮਸੰਮੀ ਹੁੰਦੀ ਇਹ ਉਹ ਆ ਜਿੱਦਾਂ ਸਰਨੇਮ ਨਹੀਂ ਹੁੰਦੇ ਕਈ ਅਗਰਵਾਲ ਹੁੰਦਾ ਵਾ ਏ ਡਬਲ ਜੀ ਆਰ ਵਾਲਾ ਹੁੰਦਾ ਇੱਕ ਏ ਜੀ ਆਰ ਵਾਲਾ ਹੁੰਦਾ ਜਾਂ ਚੌਹਾਨ ਵੀ ਦੋ ਤਿੰਨ ਟਾਈਪ ਦੇ ਹੁੰਦੇ ਤਾਂ ਜਸਟ ਐਗਜ਼ਾਮਪਲ ਦੇ ਰਿਹਾ ਮੈਂ ਕਿ ਪਾਪਾ ਫਰੂਟ ਲੈ ਕੇ ਆਏ ਸੀ ਚੀਕੂ ਤੇ ਕਿੰਨੂ ਮੇਰੇ ਵਾਸਤੇ ਤੇ ਮੈਂ ਚੀਕੂ ਖਾਦਾ ਤਾਂ ਬੜਾ ਹਾਰਡ ਸੀ ਮੈਂ ਪਾਪਾ ਨੂੰ ਮੈਂ ਕਿਹਾ ਪਾਪਾ ਬੜੇ ਹਾਰਡ ਆ ਪਰ ਉਹਦਾ ਮਿੱਠੇ ਪਾਪਾ ਕਹਿੰਦੇ ਇੱਕ ਤਾਂ ਇਸ ਕੁੜੀ ਨੂੰ ਨਾ ਕੋਈ ਚੀਜ਼ ਪਸੰਦ ਨਹੀਂ ਹੁੰਦੀ ਉਹਨਾਂ ਨੂੰ ਪੁੱਛ ਜਿਨ੍ਹਾਂ ਨੂੰ ਮਿਲਦੇ ਨਹੀਂ ਤੇ ਪਾਪਾ ਨੂੰ ਕਿਹੜੀ ਕੋਟੀ ਪਸੰਦ ਆਈ ਜਿੱਦਾਂ ਆਹ ਦੇਖੋ ਆਹ ਪਾਪਾ ਕੋਟੀ ਨਾ ਆਪ ਲੈ ਕੇ ਵੱਡੇ ਤੇ ਹੁਣ ਇਹ ਵੀ ਨਹੀਂ ਪਸੰਦ ਆਈ ਉਹਨੇ ਵਾਪਸ ਕਰਕੇ ਆਉਣੀ ਪਾਪਾ ਪਤਾ ਕੀ ਕਹਿੰਦੇ ਪਹਿਲਾਂ ਦੱਸਿਓ ਨਾ ਕਿਸੇ ਚੇਂਜ ਕਰਾਉਣਾ ਪਾਪਾ ਕਹਿੰਦੇ ਪਹਿਲਾਂ ਨਾ ਸਿਲੈਕਟ ਕਰ ਲੈ ਵੀ ਇਸ ਬਾਅਦ ਚੋਂ ਕਹਿ ਲਓ ਚੇਂਜ ਕਰ ਦਿਓ ਇਹਦੇ ਬਟਨ ਕਹਿੰਦੇ ਤੀਸਰਾ ਕਿਹੜਾ ਲੱਗਣਾ ਫਿਰ ਕਰਾ ਕੇ ਲਿਆਉਣੀ ਆ ਅੱਗੇ ਨਾ ਪਾਪਾ ਬਾਹਰ ਬੈਠੇ ਤੇ ਮੈਂ ਕਿਹਾ ਪਤਾ ਨਹੀਂ ਕੀ ਗੱਲ ਕਰਨ ਦੇ ਪਾਪਾ ਕਹਿੰਦੇ ਯਾਰ ਇਨਸਾਨ ਵੀ ਤਾਂ ਪੇੜਾਂ ਵਰਗੇ ਹੁੰਦੇ ਮੈਂ ਕਿਹਾ ਉਹ ਕਿੱਦਾਂ ਕਹਿੰਦੇ ਮੇਰਾ ਨੋ ਟੁੱਟਾ ਸੀ ਆ ਗਿਆ ਦੁਕਾਨ ਵਾਲਿਆਂ ਨੇ ਕਹਿਣਾ ਠੰਡ ਚੱਲ ਜਾਣੀ ਹੈ ਤੁਹਾਨੂੰ ਕੋਟ ਨਹੀਂ ਪਸੰਦ ਆਉਣੀ ਇਦਾਂ ਦੀ ਚੀਜ਼ਾਂ ਬੰਦੇ ਨੂੰ ਉਕਸਾ ਦਿੰਦੀਆਂ ਨਾ ਕਿ ਖਾਓ ਯਾਰ ਨਾਲ ਡੰਮੀ ਲਈ ਪੀਜ਼ਾ ਸੁੱਟ ਕੇ ਵੀ ਜਾਣ ਨਾ ਖਾ ਕੇ ਦੇਖੀ ਜੇ ਸਵਾਦ ਲੱਗੇ ਤਾਂ ਬੰਦਾ ਚੱਲ ਪਹਿਲਾਂ ਇਦਾਂ ਬੜੀ ਐਡ ਹੁੰਦੇ ਹੁੰਦੇ ਸੀ ਨਾ ਗੱਡੀਆਂ ਦੇ ਉੱਤੇ ਪਸਾ ਜਾਂਦੇ ਤਾਂ ਤੂੰ ਕਿਹੜੇ ਚਾਹ ਤੇ ਲਾਤਾ ਇਹਨੂੰ ਇੱਥੇ ਇਹ ਪਤਾ ਮੈਂ ਕਦੋਂ ਲਾਇਆ ਜਦੋਂ ਕੋਈ ਰਿਸ਼ਤੇਦਾਰ ਆਵੇ ਇਥੋਂ ਮੈਨੂੰ ਸਿਲੈਕਟ ਕਰ ਲਵੇ ਆਰਡਰ ਕਰਕੇ ਆਪ ਹੀ ਆਰਡਰ ਕਰਕੇ ਤੇ ਆਪ ਹੀ ਮੰਗਾ ਕੇ ਆਪ ਹੀ ਖਾ ਜੀ ਠੀਕ ਪਹੁੰਚਣ ਵਾਲੇ ਆ ਤੇ ਰਸਤੇ ਦੇ ਵਿੱਚ ਨਾ ਇੰਨਾ ਜ਼ਿਆਦਾ ਗੰਦ ਗਲੀਆਂ 'ਚ ਇੰਨਾ ਰੂੜੀ ਖਿਲਰੀ ਪਈ ਆ ਸਾਰੀ ਸੜਕਾਂ ਦੇ ਉੱਪਰ ਮੈਂ ਬਸ ਇੱਕ ਰਿਕੁਐਸਟ ਕਰਨਾ ਚਾਹੁੰਦੀ ਆ ਕਿ ਤੁਸੀਂ ਉਸੇ ਇਨਸਾਨ ਨੂੰ ਉਸੇ ਨੂੰ ਹੀ ਵੋਟ ਪਾਇਓ ਜਿੱਤੇ ਤੁਹਾਨੂੰ ਲੱਗਦਾ ਹੈ ਟਰਸਟ ਹੈ ਕਿ ਇਹ ਬੰਦਾ ਇਹ ਕੰਮ ਕਰ ਸਕਦਾ ਔਰ ਜਿਹੜਾ ਬੰਦਾ ਕਿ ਪੁਆਇੰਟ ਤੇ ਗੱਲ ਕਰੇ ਔਰ ਇਸ ਚੀਜ਼ ਤੇ ਵੀ ਟੌਪਿਕ ਤੇ ਵੀ ਗੱਲ ਕਰੇ ਦੋ ਤਿੰਨ ਲੇਡੀਜ਼ ਦੇਖੀਆਂ ਜਿਹੜੀਆਂ ਆਪਣੇ ਨਿਊ ਬੋਰਨ ਬੇਬੀਜ਼ ਨੂੰ ਫੜ ਕੇ ਉਸੇ ਸੜਕਾਂ ਤੇ ਖੜੀਆਂ ਸੀ ਜਿੱਥੇ ਇੰਨੇ ਜਰਮਸ ਇੰਨੀ ਕੂੜਾ ਆ ਦੇਖੋ ਇਧਰਲੀ ਸਾਈਡ ਵੀ ਉਹ ਦੇਖੋ ਮਤਲਬ ਸਾਰੇ ਪਾਸੇ ਆ ਦੇਖੋ ਬਟਾਲੇ ਦੀ ਨਾ ਹਰੇਕ ਗਲੀ ਦੇ ਵਿੱਚ ਦੋ ਦੋ ਰੂੜੀਆਂ ਆ ਮਤਲਬ ਇੱਕ ਇੱਕ ਸੈਪਰੇਟ ਜਗ੍ਹਾ ਬਣਾ ਦੇਣੀ ਚਾਹੀਦੀ ਸ਼ਹਿਰ ਤੋਂ ਬਾਹਰ ਉੱਥੇ ਜਿੱਥੇ ਲੋਕ ਬਹੁਤ ਘੱਟ ਆਣ ਜਾਣ ਕੂੜਾ ਸੁੱਟਣਾ ਚਾਹੀਦਾ ਪਰ ਇਹ ਕੀ ਹਰੇਕ ਗਲੀ ਦੇ ਵਿੱਚ ਰੂੜੀ ਬਣੀ ਹੋਈ ਆ ਜਿਹੜਾ ਵੀ ਸਾਡਾ ਇੱਥੋਂ ਪ੍ਰਧਾਨ ਖੜੇ ਹੋਏ ਨੇ ਪਲੀਜ਼ ਉਹ ਉਹਨਾਂ ਤੱਕ ਤੁਸੀਂ ਆਉਂਦੇ ਹੋਵੋਗੇ ਕੋਈ ਲਾਗੇ ਛਾਗੇ ਉਹਨਾਂ ਦੇ ਰਹਿੰਦੇ ਹੋਣਗੇ ਉਹਨਾਂ ਦੇ ਕੰਨ 'ਚ ਇਹ ਵੀ ਚੀਜ਼ ਜ਼ਰੂਰ ਪਾਓ ਇਸ ਦੇ ਉੱਪਰ ਵੀ ਵਰਕ ਕੀਤਾ ਜਾਵੇ ਜਿੱਦਾਂ ਹੁਣ ਆਹ ਦੇਖੋ ਇੱਥੇ ਹੀ ਹੈ ਇੱਥੇ ਵੀ ਰੂੜੀਆਂ ਆਹ ਦੇਖੋ ਬਹੁਤ ਇਹ ਬਹੁਤ ਵੱਡਾ ਮੁੱਦਾ ਆ ਜਿੱਥੇ ਦੇਖੋ ਰੇੜੀਆਂ ਵੀ ਲੱਗੀਆਂ ਕਈ ਲੋਕ ਰੇੜੀਆਂ ਲਾ ਕੇ ਕਈ ਲੋਕ ਦੇਖੋ ਓਪਨ ਰੇੜੀਆਂ ਲਾ ਕੇ ਆਪਣਾ ਘਰ ਚਲਾਉਂਦੇ ਆ ਜਿੱਦਾਂ ਫੂਡ ਦੀਆਂ ਛੋਟੀਆਂ ਛੋਟੀਆਂ ਬਰਗਰ ਦੀਆਂ ਭਟੂਰਿਆਂ ਦੀਆਂ ਔਰ ਇੰਨੀ ਗਲੀ ਦੇ ਵਿੱਚ ਜਰਮਸ ਹੈਗੇ ਆ ਹਨਾ ਤੇ ਲੋਕ ਤਾਂ ਖਾਂਦੇ ਆ ਲੋਕਾਂ ਨੇ ਤਾਂ ਖਾਣਾ ਆ ਉਹਨਾਂ ਨੇ ਵੀ ਆਪਣੀ ਘਰ ਚਲਾਉਣਾ ਸੋ ਉਹੀ ਸੜਕ ਵੀ ਸਾਫ਼ ਹੋਊਗੀ ਉਹ ਆਪਣਾ ਕੰਮ ਵੀ ਚਲਾ ਸਕਣਗੇ ਤੇ ਲੋਕ ਖਾਣਗੇ ਵੀ ਉਹਨਾਂ ਦਾ ਵੀ ਘਰ ਚੱਲੂਗਾ ਲੋਕ ਵੀ ਸੇਫ ਰਹਿਣਗੇ ਜਿੰਨਾ ਇੱਥੇ ਰਸ਼ ਹੁੰਦਾ ਨਾ ਅੱਜ ਕੱਲ੍ਹ ਸੁਨਿਆਰਿਆਂ ਦੇ
ਦੌੜ ਦੌੜ ਕੇ ਸੀਟਾਂ ਮੱਲੀਆਂ ਪੈਂਦੇ ਜਿੱਦਾਂ ਬੱਸ 'ਚ ਨਹੀਂ ਮੱਲੀ ਦਿੰਦੀਆਂ ਮੱਲੀਆਂ ਪੈਂਦੀਆਂ ਜਿੱਦਾਂ ਇਹਨਾਂ ਨੇ ਸੇਲ ਲਾਈ ਹੁੰਦੀ ਮੈਂ ਕਿਹਾ ਇੱਕ ਕਲਾਇੰਟ ਆ ਉਹਨਾਂ ਇੰਨੇ ਮੋਟੇ ਮੋਟੇ ਗਜਰੇ ਦੇਖਣ ਤੇ ਉਹਨੂੰ ਕਾਫੀ ਦੇ ਨਾਲ ਬਿਸਕੁਟ ਦਿੱਤੇ ਮੈਂ ਕਿਹਾ ਸਾਨੂੰ ਭੁਜੀਆ ਮਿਲਣਾ ਘਰੇ ਸਾਨੂੰ ਪਹਿਲੀ ਚਾਹ ਮਿਲਣੀ ਚਾਹ ਸਾਡੀ ਕਾਫੀ ਆ ਗਈ ਹੈ ਤੁਹਾਨੂੰ ਪਤਾ ਆਪਾਂ ਨੂੰ ਕਿਉਂ ਮਿਲੀ ਪਹਿਲਾਂ ਕਿਉਂਕਿ ਇਹਨਾਂ ਨੂੰ ਪਤਾ ਹੈ ਪੱਕੇ ਕਲਾਇੰਟ ਆ ਆਪਾਂ ਕਾਫੀ ਪੀ ਕੇ ਚੱਲ ਜਾਂਦੇ ਆ ਇਹਨਾਂ ਕਹਿੰਦਾ ਤੁਹਾਡੀ ਕਾਫੀ ਬਹੁਤ ਸਵਾਲ ਆਦੀ ਭਾਜੀ ਮੋਟਰਸਾਈਕਲ ਦੇਖੋ ਮੋਟਰਸਾਈਕਲ ਵਾਲੇ ਮੰਮਾ ਕਹਿੰਦੇ ਇਹੀ ਲੈ ਲੈ ਮੈਂ ਕਹਿੰਦੀ ਨਹੀਂ ਤੇਲ ਬਹੁਤ ਮਹਿੰਗਾ ਹੈ ਡਿਜ਼ਾਈਨ ਬਹੁਤ ਸੋਹਣੇ ਆ ਬਟ ਮੈਨੂੰ ਇਕੱਲੇ ਗੋਲਡ 'ਚ ਚਾਹੀਦੇ ਆ ਸਟੋਨ ਨਹੀਂ ਚਾਹੀਦਾ ਛੱਡ ਕਾਫੀ ਵੀ ਆਹ ਸੋਹਣਾ ਹੈ ਨਾ ਪਰ ਇਹ 'ਚ ਸਟੋਨ ਲੱਗਾ ਮੈਨੂੰ ਸਟੋਨ ਨਹੀਂ ਚਾਹੀਦਾ ਆਹ ਵੀ ਸੋਹਣੇ ਆ ਇਹ ਮੈਂ ਉਦੋਂ ਪਾਉਂਗੀ ਜਦੋਂ ਬਿਗ ਬੌਸ 'ਚ ਜਾਊਂਗੀ ਮੀਡੀਆਂ ਮੀਡੀਆਂ ਹੈਗੀਆਂ ਪਤਾ ਨਹੀਂ ਉਹਨਾਂ ਨੇ ਸਾਰੀ ਦੁਕਾਨ ਸਾਹਮਣੇ ਲਿਆ ਕੇ ਰੱਖ ਦਿੱਤੀ ਪਰ ਇਹਨੂੰ ਪਸੰਦ ਕੁਝ ਨਹੀਂ ਆਉਂਦਾ ਆ ਹੈਗਾ ਸੂਈ ਧਾਗੇ ਨੂੰ ਸੂਈ ਧਾਗਾ ਕਹਿੰਦੇ ਇੰਨਾ ਪਾਰਟ ਚਾਹੀਦਾ ਕੁਛ ਆ ਦੇਖੋ ਨੀਚੇ ਉਹਨਾਂ ਨੂੰ ਕਹਿ ਨਾ ਵੀ ਮੈਨੂੰ ਵੀ ਕਹਿ ਨਹੀਂ ਸਿਰਫ ਇੱਕ ਦੋ ਚੀਜ਼ਾਂ ਆ ਬਟ ਮੈਨੂੰ ਹਜੇ ਇੱਕ ਵੀ ਚੀਜ਼ ਪਸੰਦ ਨਹੀਂ ਆਈ ਤੇ ਗੱਲਾਂ ਮੇਰੀਆਂ ਬੀਪੀ ਦਾ ਕਰਕੇ ਲਾਲ ਹੋਈ ਜਾਂਦੀਆਂ ਸਾਰਿਆਂ ਨੂੰ ਐ ਲੱਗਦਾ ਨਾ ਫਿਰੇ ਪਤਾ ਨਹੀਂ ਇਹਨੇ ਕਿੰਨਾ ਕੁ ਸੋਨਾ ਖਰੀਦ ਲਿਆ ਤੇ ਬੀਪੀ ਵੱਧ ਗਿਆ ਇੱਕ ਚੀਜ਼ ਹੋ ਗਈ ਡਨ ਸੈਕਿੰਡ ਆਹ ਚੀਜ਼ ਜਨਾਬ ਉਹਨਾਂ ਨੂੰ ਮੱਸਾਂ ਹੀ ਪਸੰਦ ਆਈ ਮੱਸਾਂ ਹੀ ਇੱਦਾਂ ਨਹੀਂ ਲੱਗਦਾ ਜਿੱਦਾਂ ਰੈਸਲਿੰਗ ਦੀ ਬੈਲਟ ਹੁੰਦੀ ਇੰਨਾ ਮੈਂ ਕਹਿੰਦਾ ਆਪਣੇ ਵਿਆਹ 'ਤੇ ਨਹੀਂ ਚੈੱਕ ਕੀਤਾ ਸੀ ਜਿੰਨਾ ਇਹ ਕਿਸੇ ਦੇ ਵਿਆਹ 'ਤੇ ਕਰੀ ਜਾਂਦੀ ਹੈ ਹੁਣ ਤੁਸੀਂ ਸਾਰਿਆਂ ਨੇ ਕਹਿਣਾ ਤੁਹਾਡੇ ਤੋਂ ਪਹਿਲਾਂ ਵੀ ਗਜਰੇ ਹੈਗੇ ਤੇ ਦਾ ਲੱਗਦਾ ਉਹ ਵੀ ਲਾ ਲਈਦਾ ਹੁੰਦਾ ਦੋ ਚੀਜ਼ਾਂ ਲੈ ਲਈਆਂ ਜੇ ਤੂੰ ਚੀਜ਼ ਪਸੰਦ ਆਂਦੀ ਨਾ ਫਿਰ ਮੈਨੂੰ ਪਤਾ ਕਿ ਹੁੰਦਾ ਮੈਨੂੰ ਹੁਣੀ ਮਿਲ ਜਾਏ ਜਿੰਨੇ ਪੈਸੇ ਦੇਣੇ ਉਹਨੂੰ ਹੁੰਦਾ ਕਿ ਥੋੜੇ ਦਿਨ ਹੋਰ ਲੱਗ ਜਾਣ ਐਡਰੈਸ ਤੇ ਲਾਡੀ ਦੇ ਹੱਥ ਦੇਖ ਸਕਦੇ ਤੁਸੀਂ ਕੰਬਨ ਦੇ ਚਲੋ ਸ਼ਾਮ ਨੂੰ ਝਾਤੀ ਮਾਰ ਜਾਂਗੇ ਤੇ ਹੁਣ ਆਪਾਂ ਘਰੇ ਚੱਲੀਏ।